ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡਾ ਆਪਣਾ ਕਾਕਾ ਪ੍ਰਾਗ ਪ੍ਰਿਆ, ਜੋ ਕਿ ਕੁਝ ਦਿਨਾਂ ਤੋਂ ਯੂਕੇ ਦੇ ਟੂਰ ਤੇ ਆਇਆ ਹੋਇਆ ਸੀ। ਤੇ ਅੱਜ ਮੇਰੀ ਕੁਝ ਮੁਲਾਕਾਤ ਸਟੂਡੈਂਟਸ ਭਰਾਵਾਂ ਨਾਲ ਹੋਈ, ਜੋ ਸਟੂਡੈਂਟ ਮੇਰੇ ਭਰਾ ਇੱਥੇ ਪੜ੍ਹਾਈ ਬੇਸ ਤੇ ਆਏ ਹੋਏ ਹਨ। ਤੇ ਉਹਨਾਂ ਨਾਲ ਬਹਿ ਕੇ ਕੁਝ ਮੈਂ ਗੱਲਾਂ ਕੀਤੀਆਂ ਤੇ ਉਹਨਾਂ ਦੇ ਹਾਲਾਤ ਸੁਣੇ ਤੇ ਕੁਝ ਮੈਂ ਅੱਖੀਂ ਵੀ ਦੇਖੇ, ਜਿੱਦਾਂ ਕਿ ਚਾਹੇ ਇੱਥੇ ਦੇ ਸਟੂਡੈਂਟ ਹੈ, ਚਾਹੇ ਕੈਨੇਡਾ, ਅਮੈਰੀਕਾ ਤੇ ਨਿਊਜ਼ੀਲੈਂਡ, ਆਸਟ੍ਰੇਲੀਆ, ਉਹਨਾਂ ਦੇ ਹਾਲਾਤਾਂ ਨੂੰ ਦੇਖਦੇ ਹੋਏ ਤੇ ਕੁਝ ਜੋ ਚਿਰਾਂ ਤੋਂ ਇੱਥੇ ਆਏ ਹੋਏ ਮੇਰੇ ਵੀਰ ਭਰਾ ਆ, ਜੋ ਆਪਣੇ ਮਾਂ ਪਿਓ ਤੋਂ ਬਹੁਤ ਵਿਛੋੜੇ ਦੀ ਦੂਰੀ ਤੇ ਬੈਠੇ ਆ, ਬੜੇ ਚਿਰ ਹੋ ਗਏ ਜਿਨ੍ਹਾਂ ਨੂੰ ਇੱਥੇ ਬੈਠੇ ਆ, ਉਹਨਾਂ ਨੂੰ ਦੇਖਦੇ ਹੋਏ, ਉਹਨਾਂ ਦੇ ਹਾਲਾਤ ਦੇਖਦੇ ਹੋਏ, ਉਹਨਾਂ ਦੀਆਂ ਮਜਬੂਰੀਆਂ ਦੇਖਦੇ ਹੋਏ ਮੇਰੇ ਦਿਲ ਨੇ ਬਹੁਤ ਇੱਕ ਡੂੰਘਾ ਗਾਣਾ ਲਿਖਿਆ ਤੇ ਉਸਦੇ ਬੋਲ ਕੁਝ ਮੈਂ ਤੁਹਾਡੇ ਨਾਲ ਸਾਂਝੇ ਕਰਦਾ। ਆਪਾਂ ਬਹੁਤ ਜਲਦੀ ਹੀ ਦੀ ਗੱਭਰੂ ਰਿਕਾਰਡ ਤੇ ਉਸਨੂੰ ਲਾਂਚ ਕਰਾਂਗੇ ਤੇ ਉਸਦੇ ਬੋਲ ਮੈਂ ਤੁਹਾਨੂੰ ਸੁਣਾਉਣਾ। ਤੁਹਾਨੂੰ ਕਿੱਦਾਂ ਲੱਗਦੇ ਤੁਸੀਂ ਮੈਨੂੰ ਜ਼ਰੂਰ ਦੱਸਿਓ ਤੇ ਸੁਣ ਕੇ ਜਾ ਜੀ। ਮਾਂ ਕਹਿੰਦੀ ਪੁੱਤ ਇੰਡੀਆ ਮੁੜਿਆ, ਮੈਂ ਕਿਹਾ ਹੱਲੇ ਕੁਝ ਨਹੀਂ ਜੁੜਿਆ। ਮਾਂ ਕਹਿੰਦੀ ਪੁੱਤ ਇੰਡੀਆ ਮੁੜਿਆ, ਮੈਂ ਕਿਹਾ ਹੱਲੇ ਕੁਝ ਨਹੀਂ ਜੁੜਿਆ। ਉਹ ਕਹਿੰਦੀ ਮੇਰੇ ਗੋਡੇ ਰਹਿ ਗਏ, ਮੈਂ ਕਿਹਾ ਸਿਰ ਤੋਂ ਕਰਜ਼ੇ ਲੈ ਗਏ। ਉਹ ਕਹਿੰਦੀ ਮੇਰੇ ਗੋਡੇ ਰਹਿ ਗਏ, ਮੈਂ ਕਿਹਾ ਸਿਰ ਤੋਂ ਕਰਜ਼ੇ ਲੈ ਗਏ। ਮਾਂ ਮੇਰਾ ਕੁਝ ਬਣਨ ਨਹੀਂ ਦਿੱਤਾ, ਹੁਣ ਜਾਣਦਿਆਂ ਰੋਂਟਾਂ ਨੇ। ਮਾਂ ਕਹਿੰਦੀ ਮੈਨੂੰ ਲੱਗਦਾ ਪੁੱਤ ਤੂੰ ਰੋਕ ਲਿਆ ਏ ਪੌਂਡਾਂ ਨੇ। ਮਾਂ ਕਹਿੰਦੀ ਮੈਨੂੰ ਲੱਗਦਾ ਪੁੱਤ ਤੂੰ ਰੋਕ ਲਿਆ ਏ ਪੌਂਡਾਂ ਨੇ। ਆਪਾਂ ਜਲਦੀ ਹੀ ਇਹ ਗੀਤ ਦੀ ਗੱਭਰੂ ਰਿਕਾਰਡਸ ਰਾਹੀਂ ਤੁਹਾਡੇ ਤੱਕ ਪਹੁੰਚਾਵਾਂਗੇ। ਤੁਹਾਨੂੰ ਕਿੱਦਾਂ ਲੱਗਾ ਕਮੈਂਟ ਕਰਿਓ, ਸ਼ੇਅਰ ਕਰਿਓ, ਸਬਸਕ੍ਰਾਈਬ ਕਰਿਓ ਚੈਨਲ ਨੂੰ। ਸਤਿ ਸ਼੍ਰੀ ਅਕਾਲ, ਮਿਲਦੇ ਹਾਂ ਬਹੁਤ ਜਲਦੀ।